ਬਿਸਮਿਲ੍ਲਾਹ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਉਮੀਦ ਕਰਨਾ ਜੀ ਤੁਸੀਂ ਸਾਰੇ ਵੱਲ ਹੋਵੋਗੇ ਤਾਂ ਤੁਸੀਂ ਸਾਰੇ ਦੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਦੇਸ਼ ਪਰਦੇਸ਼ ਵਿਦ ਅਜ਼ਹਰ। ਤਾਂ ਅੱਜ ਮੈਂ ਇੱਕ ਛੋਟੀ ਜਿਹੀ ਗੁਜ਼ਾਰਿਸ਼ ਲੈ ਕੇ ਤੁਸਾਂ ਸਾਰਿਆਂ ਦੀ ਖਿਦਮਤ ਵਿੱਚ ਹਾਜ਼ਰ ਹੋਇਆ। ਜੈਸਾ ਕਿ ਮੈਂ ਪਹਿਲਾਂ ਵੀ ਆਪਣੀਆਂ ਕੁਝ ਵੀਡੀਓ ਦੱਸ ਚੁੱਕਿਆ ਸਾਂ ਕਿ ਜਿਹੜਾ ਨਾ ਮੇਰੀਆਂ ਨੈਕਸਟ ਆਉਣ ਵਾਲੀਆਂ ਵੀਡੀਓ ਜਿਹੜੀਆਂ ਨਾ ਉਹ ਵਾਧੀਏ ਸਮਾਈ ਭਰੋਂ ਸਨ, ਔਰ ਮੈਂ ਉਹ ਜਿਹੜੀਆਂ ਕੋਸ਼ਿਸ਼ ਕਰਾਂਗਾ ਕਿ ਜਿਹੜਾ ਨਾ ਉਹ ਡਰੋਨ ਫੋਟੇਜ ਜਿਹੜੀਆਂ ਨਾ ਅਪਲੋਡ ਕਰਾਂ। ਸੋ ਮੇਰੀ ਕੱਲ੍ਹ ਆਉਣ ਦੀ ਵੀਡੀਓ ਜਿਹੜੀ ਹੈ ਨਾ ਉਹ ਆਫਕੋਰਸ ਜਿਹੜੀਆਂ ਨਾ ਹਲਕਾ ਸਮਾਣੀ ਭਰੋ ਸੀ। ਮੇਰਾ ਬੁਨਿਆਦੀ ਮਕਸਦ ਹਲਕਾ ਸਮਾਣੀ ਦੀਆਂ ਵੀਡੀਓ ਜਿਹੜੀਆਂ ਨਾ ਉਹ ਅਪਲੋਡ ਕਰਨ ਨਾਲ ਮਹਿਜ਼ ਇੱਕੋ ਹੀ ਮਕਸਦ ਹੈ ਕਿ ਜਿਹੜਾ ਨਾ ਹਲਕਾ ਸਮਾਣੀ ਦੇ ਅੰਦਰ ਬਿਜ਼ਨਸ ਸੋਰੀ ਟੂਰਿਸਟ ਕੀ ਜਿਹੜਾ ਨਾ ਪ੍ਰਮੋਟ ਕੀਤਾ ਜਾਏ। ਤਾਂ ਜਿਹੜਾ ਆਫਕੋਰਸ ਟੂਰਿਸਟ ਪ੍ਰਮੋਟ ਹੋ ਸੀ ਉਹਦਾ ਬਿਜ਼ਨਸ ਅਫ ਸੀ ਹਲਕਿਆਂ ਦੇ ਅੰਦਰ ਦਾ ਜਿਹੜਾ ਬਿਜ਼ਨਸ ਅਫ ਸੀ ਉਹਦਾ ਲੋਕ ਖੁਸ਼ਹਾਲ ਹੋਣਗੇ। ਸੋ ਮੈਂ ਇਸ ਉਮੀਦ ਨਾਲ ਜਿਹੜਾ ਨਾ ਆਪਣੀਆਂ ਵੀਡੀਓ ਅਪਲੋਡ ਕਰ ਰਿਹਾ ਕਿ ਹਲਕਾ ਸਮਾਣੀ ਨੇ ਜਿਹੜਾ ਨਾ ਨੌਜਵਾਨ ਉਹ ਮੇਰੀਆਂ ਇਹਨਾਂ ਵੀਡੀਓ ਕੀ ਜ਼ਿਆਦਾ ਤੋਂ ਜ਼ਿਆਦਾ ਸੋਸ਼ਲਾਈਜ਼ ਕਰਨਗੇ ਅਤੇ ਆਪਣੇ ਹਲਕਿਆਂ ਦੇ ਅੰਦਰ ਜਿਹੜੀ ਆ ਨਾ ਆਪਣੇ ਹਲਕਿਆਂ ਦੀ ਬਿਊਟੀ ਕੀ ਜਿਹੜਾ ਨਾ ਐਕਸਪਲੋਰ ਕਰਨ ਵਿੱਚ ਜਿਹੜਾ ਨਾ ਉਹ ਮੇਰੀ ਮਦਦ ਕਰਨਗੇ। ਅਤੇ ਉਸ ਤੋਂ ਬਾਅਦ ਜਿਹੜਾ ਨਾ ਇਹ ਹੈ ਕਿ ਅਗਰ ਜਿਹਨਾਂ ਦੋਸਤਾਂ ਅਜੇ ਤੱਕ ਜਿਹੜਾ ਨਾ ਮੇਰਾ ਯੂਟਿਊਬ ਚੈਨਲ ਜਿਹੜਾ ਨਾ ਉਹ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਾਇੰਡਲੀ ਜਿਹੜਾ ਨਾ ਮੇਰਾ ਯੂਟਿਊਬ ਚੈਨਲ ਜਿਹੜਾ ਨਾ ਉਹ ਸਬਸਕ੍ਰਾਈਬ ਕਰ ਦਿਓ। ਤਾਂ ਮੇਰਾ ਯੂਟਿਊਬ ਚੈਨਲ ਦਾ ਨਾਂ ਹੈ ਦੇਸ਼ ਪਰਦੇਸ਼ ਵਿਦ ਅਜ਼ਹਰ। ਤਾਂ ਜਿਹੜਾ ਨਾ ਮੈਂ ਦੁਬਾਰਾ ਇੱਕੋ ਹੀ ਰਿਕੁਐਸਟ ਇਹ ਕਰਨਾ ਕਿ ਜਿਹੜਾ ਨਾ ਹਲਕਾ ਸਮਾਣੀ ਦੀ ਬਿਊਟੀ ਕੀ ਜਿਹੜਾ ਨਾ ਨੌਜਵਾਨਾਂ ਨੂੰ ਚਾਹੀਦਾ ਕਿ ਜਿਹੜਾ ਨਾ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਨਾ ਉਸਕੀ ਐਕਸਪਲੋਰ ਕਰਨ ਤਾਂ ਕਿ ਜਿਹੜਾ ਨਾ ਸਾਡੇ ਹਲਕਿਆਂ ਦੇ ਅੰਦਰ ਜਿਹੜਾ ਨਾ ਉਹ ਟੂਰਿਸਟ ਜਿਹੜਾ ਨਾ ਉਹ ਪ੍ਰਮੋਟ ਹੋ ਸਕੇ। ਓ ਮਾਇਆ ਕਸ਼ਮੀਰ ਦਿਆ ਰੰਗ ਕੀਤਾ ਬੰਗਲੇ ਨੂੰ, ਓ ਮਾਇਆ ਕਸ਼ਮੀਰ ਦਿਆ ਰੰਗ